ਆ ਟਰਾਇਲ ਖੜਾ ਮੁੰਡੇ ਦਾ ਬਸ ਸਾਰੇ ਸੰਦ ਨੇ ਇਹਦੇ ਠੀਕ ਹੈ ਜੀ ਉਹ ਗੱਡੀ ਖੜੀ ਆ ਘਰ ਬਾਰ ਵਧੀਆ ਬਾਕੀ ਜੂਨ ਚੱਪਾ ਵਧੀਆ ਹੈਗਾ ਖਾਂਦਾ ਨਹੀਂ ਪੀਂਦਾ ਨਹੀਂ ਮੁੰਡਾ ਠੀਕ ਬਾਕੀ ਆਪਣੀ ਤਸੱਲੀ ਆ ਗਈ ਹਾਂ ਕੀ ਹਲ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਪਾਲ ਸਿੰਘ ਜੀ ਠੀਕ ਹੈ ਕਿਵੇਂ ਹੋ ਠੀਕ ਠਾਕ ਵਧੀਆ ਵਧੀਆ ਜੀ ਵਧੀਆ ਤੁਸੀਂ ਦੱਸੋ ਚਲੋ ਆ ਜਾਓ ਲੰਘੇ ਆਓ ਬੈਠੋ ਜੀ चलो बैठो जी मैं आया एक मिनट ਬਜੁੱਲਾ ਸਾਹਿਬ ਇਹੀ ਮੁੰਡਾ ਸੀਗਾ ਨਾ ਨਾ ਜੀ ਇਹ ਤਾਂ ਛੋਟਾ ਭਾਈ ਆ ਮੁੰਡੇ ਦਾ ਮੁੰਡਾ ਤਾਂ ਹੋਰ ਆ ਜੀ ਠੀਕ ਹਾਂ ਜੀ ਉਹ ਦੀਪ ਚਾਹ ਬਣਾ ਦੀ ਪੁੱਤ ਹਾਂ ਬਾਪੂ ਤੇਰੀ ਪੀ ਚਾਹ ਜੱਸੀ ਕਿੱਥੇ ਆ ਜੱਸੀ ਬਾਪੂ ਕੋਠੇ ਤੇ ਆ ਬੁਲਾ ਉਹਨੂੰ ਭੱਜ ਕੇ ਲਿਆਉਣਾ ਬਾਪੂ ਜੱਸੀ ਓਏ ਜੱਸੀ ਛੱਡੇ ਲੈ ਡੈਡੀ ਇੱਕ ਮਿੰਟ ਹੋਰ ਗੱਲ ਸੁਣ ਜੱਸੀ ਕਹਿੰਦਾ ਮੈਂ ਵਿਆਹ ਨਹੀਂ ਕਰਾਉਂਦਾ ਕਹਿੰਦਾ ਪਹਿਲਾਂ ਕੁੱਤਿਆਂ ਦੀ ਗੱਲ ਖੋਲੋ ਇਹਨੇ ਬੜਾ ਤੰਗ ਕਰੇ ਯਾਰ ਇਹ ਗੱਲ ਕਰੋ ਤੂੰ ਨਾ ਆਜੇ ਬਾਪੂ ਉਹਦਾ ਕਹਿੰਦਾ ਕਹਿੰਦਾ ਮੈਂ ਨਹੀਂ ਕਰਾਉਂਦਾ ਕਹਿੰਦਾ ਉਹਨੂੰ ਸੱਦੀ ਲਿਆ ਗੱਲ ਕਰ ਲਾ ਅੰਦਰ ਬੈਠਾ ਉਹ ਕਿਉਂ ਨਹੀਂ ਕਹਿੰਦਾ ਉਹ ਜੱਸੀ ਉਹ ਇੱਧਰ ਆ ਪੁੱਤ ਇੱਧਰ ਆ ਇੱਧਰ ਬਾਰੇ अपना रोला पऊगा नहीं अपने छोटे का कर दो मैं नहीं आउंदा थले चला ਹੁਣ ਕੀ ਕਹੀਏ ਯਾਰ ਹੁਣ ਇਹ ਪੁੱਠੇ ਪਾਸੇ ਪੈ ਗਿਆ ਤਾਂ ਬਾਪੂ ਹੁਣ ਆਪਾਂ ਹੀ ਕਰਾਂਗੇ ਹੁਣ ਦੱਸਦੇ ਨਹੀਂ ਹੈਗੇ ਆਪਾਂ ਹੁਣ ਗੱਲ ਤੋਰ ਲੈਂਦੇ ਹਾਂ ਉਹ ਬੇਇੱਜ਼ਤੀ ਵਾਲਾ ਕੰਮ ਆ ਯਾਰ ਮਗਰ ਦੱਸ ਦੂ ਬਾਪੂ ਇਹ ਫਿਰ ਆਪਾਂ ਗੱਲ ਕਰ ਲੈਂਦੇ ਹਾਂ ਉੱਥੇ ਬਜੁੱਲਾ ਸਾਹਿਬ ਕਿਵੇਂ ਬਾਹਲੇ ਕੀੜੇ ਜੇ ਮਰੀ ਜਾਂਦੇ ਨੇ ਨਾ ਨਾ ਜੀ ਇਹੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਜੱਸੀ ਕਰੀਏ ਜੀ ਫਿਰ ਹਾਂ ਕਰੀਏ ਬੁਲਾ ਲੈਂਦੇ ਜੀ ਤੂੰ ਨੂੰ ਬੁਲਾ ਲੈਂਦੇ ਹਾਂ अपने दीप जस्सी बुला पुत बहान अपने को जी 15 किले घर दे बाकी मुंडे ठेके ठूके ते लैके कर लैंदे ने 10-15 किले होर मुंडा काम की करदा जी मुंडा खेती बाड़ी करी जांदा जी काका जी किन्ने पढ़े प्लस 2 कीती होई फिर अगे नहीं पढ़े अगे जी बस बापू जी औखा जी खेती बाड़ी करके छोटा हजे पढ़ता जी ठीक है फिर हाथ बटाउन करके फिर मैं कहा पढ़े नहीं है जी बस पढ़ाइया के कड़े मुल पैंदे ने जट्टां दे मुंडे डिग्रियां करके वेले तुरे फिरदे रुलदे फिरदे ने सही गल है जी होर अपनी कोई मंग मंगाई जी नहीं साडी कोई मंग मंगाई नहीं जी रब दा दित्ता बथेरा कुछ है सानू तां सिर्फ लड़की सियाणी चाहीदी है जी ठीक है हां जी चलो जी फिर बजोला साहब नाल राय करके सानू दस दंगे ठीक है चलो बैठो 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 चाह पी के जाओ कबूतरी झोटी दे फोटो भेजी दिखावा दिखा देख क्या सुनिया चल ठीक है बाकी आ चलिए थले चल कर दे बंद हुण इन्हें सारा दिन पिछी बड़ा रहना इन्हां दे छड़ने पैणगे हुण की जी लगदा नहीं छड़दा छुड़दा हां
हर दिन भी बहुत चढ़िया पे उधर कबूतरों को दाने पाने ने तुसी किधर जा रहे हो खर्चा मैं आ गया दो मिनट धर तू उठे जा तू नहीं रहता मुंह हाथ ओए आ गया मैं तू जा धर उठे जब देखो छत पे सुबह मम्मी ने छत पे भज जाने हूं मैं ठाया ते हुन चाहिए ना चाय पीना छत पे रब जाने छत पे की रखे उन्होंने ला, तेरी हद है खड़े पैर दस दी तू भी हुण भी क्यों दस रही है फिर मैं कोई तैयारी नहीं की हुण मैनू कपड़े लैके आने पैणगे चल मैं तेरे जीजे नाल कर दी हां गल ला मैनू लगता आ भी गए वह चल फिर मैं कर दी हां गल चंगा बाद च लाउनी हां ला पहला मैं पानी दे दूंगा इन्हां नू पालो जी पानी ते मेरी गल सुनो हाँ मेरी सहेली का फोन आया सीगा उन्ना दे ना ब्याह है ते अपने जाके आना फिर कि मैं थोनू ए कह रही सी वो सूट लेके आना सीगा इन्ने दा सूट ने तू उन्ना चो पा ली कदा मेरे कोल किथे सूट आ पुराने सूट आ मेरे कोले ते मेरी भी तो कोई टार बननी चाहिंदी आ हाँ ते सूट लेके आना आपां ने कोई ना कल नू बाद चलना मेरे कोल कल नू नहीं दो दिन नू तां ब्याह नू रह गया तुसी भी हद करदे हो चल हो तैयार आउना मैं ਲੈ ਮੈਂ ਤਾਂ ਤਿਆਰ ਹੀ ਆ ਤੁਸੀਂ ਉੱਤੇ ਕੀ ਲੈਣ ਜਾ ਰਹੇ ਹੋ ਤੂੰ ਤਿਆਰ ਹੋ ਬਸ ਮੈਂ ਮਿੰਟ ਚ ਆ ਗਿਆ ਲੈ ਹੁਣੀ ਆਏ ਸੀ ਫਿਰ ਛੱਤ ਤੇ ਚੜ ਕੇ ਪਤਾ ਨਹੀਂ ਇਹਨਾਂ ਨੇ ਛੱਤ ਤੇ ਰੱਖਿਆ ਕੀ ਆ ਤੂੰ ਬੈਠ ਮੈਂ ਬਾਬੂ ਤੋਂ ਪੈਸੇ ਲਿਆਵਾਂ ਨਾ ਦੱਸਿਆ ਮੈਂ ਬਾਬੂ ਮੈਂ ਸ਼ਹਿਰ ਜਾਂਦਾ ਦੀ ਸ਼ਾਪਿੰਗ ਦੀ ਕਰਾ ਕੇ ਲਿਆਉਣੀ ਆ ਪੈਸੇ ਦੇ ਮੈਨੂੰ ਦੀ ਸਹੇਲੀ ਦਾ ਵਿਆਹ ਕਿੰਨੇ ਕੁ ਚਾਹੀਦੇ ਨੇ ਤੇਰੇ 4,000 ਰੁਪਿਆ 4,000 बस दो घंटे जा रहे बापू ਤਦ ਉੱਤਰ ਮੈਂ ਬਾਪੂ ਹਰਾ ਉਹਨੇ ਖੇਤ ਗੇੜਾ ਮਾਰਿਆ ਮੈਂ ਸਮਾਨ ਲਾ ਲਾ ਆਪਦਾ ਕਿੱਥੇ ਪਿਆ ਪਿੱਛੇ ਤੇ ਬਾਪੂ ਹਰੇ ਨੂੰ ਪੁੱਛ ਲਿਓ ਰੋਟੀ ਖਾਣੀ ਤਾਂ ਮੈਂ ਭੇਜ ਦੂੰਗੀ ਠੀਕ ਹੈ ਕੋਈ ਨਾ ਮੈਂ ਜਾ ਕੇ ਫੋਨ ਕਰਦਾ ਠੀਕ ਹੈ ਫਿਰ ਛੱਤ ਤੇ ਚੜ ਗਏ ਆ ਰੋਜ਼ ਹੀ ਪਾਣੀ ਲੈ ਕੇ ਜਾਂਦੇ ਆ ਛੱਤ ਤੇ ਪਤਾ ਨਹੀਂ ਕੀ ਕਰਦੇ ਆ ਮੈਨੂੰ ਤਾਂ ਉਹੀ ਡਰ ਲੱਗੀ ਜਾਂਦਾ ਕਿਤੇ ਨਸ਼ੇ ਪੱਤੇ ਤਾਂ ਨਹੀਂ ਕਰਦੇ ਅੱਜ ਮੈਂ ਦੇਖ ਹੀ ਲੈਣੇ ਕਰਦੇ ਕੀ ਆ Thank you.
ਜੱਸੀ ਇਹ ਸਭ ਕੀ ਆ ਰਿਤੀ ਤੂੰ ਇੱਕ ਮਿੰਟ ਬਾਹਰ ਆਓ ਨਹੀਂ ਇਹ ਸਭ ਕੀ ਆ ਰਿਤੀ ਮੈਂ ਤੈਨੂੰ ਸਾਰਾ ਕੁਝ ਦੱਸਣਾ ਚਾਹੁੰਦਾ ਸੀ ਮੈਂ ਮੌਕੇ ਦੀ ਤਲਾਸ਼ ਸੀ ਮੈਂ ਤੈਨੂੰ ਪਹਿਲਾਂ ਦੱਸ ਨਹੀਂ ਸਕਿਆ ਕੀ ਮੌਕੇ ਦੀ ਤਲਾਸ਼ ਸੀ ਤਾਂ ਹੀ ਮੈਂ ਕਹਾ ਫਿਰ ਛੱਤ ਤੇ ਚੜਦੇ ਕਾਹਦੇ ਵਾਸਤੇ ਇਹ ਵੀ ਤੁਸੀਂ ਆਹ ਕੁਝ ਕਰਦੇ ਹੋ ਰਿਤੀ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਪਹਿਲਾਂ ਦੱਸ ਨਹੀਂ ਸਕਿਆ ਕੋਈ ਗਲਤ ਕੰਮ ਨਹੀਂ ਕਰਿਆ ਮੈਂ ਗਲਤ ਕੰਮ ਨਹੀਂ ਕਰਿਆ ਆ ਕੀ ਆ ਫਿਰ ਮੈਂ ਤੋਂ ਉਹਲਾ ਕਿਉਂ ਰੱਖਿਆ ਫਿਰ ਰਿਤੀ ਮੈਂ ਤੈਨੂੰ ਸਾਰਾ ਕੁਝ ਦੱਸਣਾ ਚਾਹੁੰਦਾ ਸੀਗਾ ਮੈਨੂੰ ਡਰ ਸੀ ਕਿਤੇ ਤੂੰ ਮੇਰੇ ਨਾਲ ਗੁੱਸੇ ਨਾ ਹੋ ਲੈ ਹੁਣ ਮੈਂ ਗੁੱਸੇ ਨਾ ਆਵਾਂ ਗੁੱਸੇ ਹੋਣ ਵਾਲੀ ਤਾਂ ਗੱਲ ਹੈ ਇਹ ਆ ਕੰਮਾਂ 'ਚ ਕੰਮ ਆ ਤੇ ਤੁਹਾਨੂੰ ਪਤਾ ਮੈਂ ਸਰਦਾਰਾਂ ਦੀ ਧੀ ਆ ਤੇ ਮੇਰੇ ਪੇਕਿਆਂ 'ਚ ਗੱਲ ਪਹੁੰਚ ਗਈ ਵੀ ਮੈਨੂੰ ਕਬੂਤਰ ਬਾਜ਼ ਦੇ ਲੜ ਲੱਤਾ ਤੇ ਮੇਰੇ ਪਿਓ ਦੀ ਕੀ ਇੱਜ਼ਤ ਰਹਿ ਜੂਗੀ ਰਿਤੀ ਮੈਂ ਤੈਨੂੰ ਸਾਰਾ ਕੁਝ ਦੱਸਣਾ ਚਾਹੁੰਦਾ ਸੀ ਤੂੰ ਮੈਨੂੰ ਇੱਕ ਵਾਰੀ ਮੌਕਾ ਤਾਂ ਦੇ ਚੱਲ ਤੁਹਾਨੂੰ ਮੈਂ ਮੌਕਾ ਦਿੱਤਾ ਜਾਂ ਤਾਂ ਤੁਸੀਂ ਕਬੂਤਰ ਰੱਖ ਲਓ ਜਾਂ ਮੈਨੂੰ ਰੱਖ ਲਓ ਆ ਤੁਹਾਡੇ ਹੱਥ 'ਚੋਂ ਫੈਸਲਾ ਹੁਣ ਤੁਸੀਂ ਆਪਦੇ ਹੱਥੋਂ ਫੈਸਲਾ ਕਰ ਲਓ ਰਿਤੀ ਫਿਰ ਉਹ ਤੇਰੀ ਜ਼ਿੰਦਗੀ ਦਾ ਫੈਸਲਾ ਨਾ ਤੂੰ ਕਰ ਨਾ ਤਾਂ ਮੈਂ ਕਬੂਤਰ ਛੱਡ ਰੱਖਦਾ ਨਾ ਤੈਨੂੰ ਛੱਡ ਸਕਦਾ ਠੀਕ ਆ ਫਿਰ ਮੈਂ ਤਾਂ ਪੇਕੇ ਚੱਲੀ ਆ ਰੱਖ ਲਓ ਪਰ ਸਾਹਮਣੇ ਉਹਦੇ ਕਬੂਤਰ ਨੂੰ ਰਿਤੀ ਯਾਰ ਮੈਂ ਕੀ ਕਰਾਂ ਮੈਂ ਤਾਂ ਕੁਛ ਟੌਪ ਸਾ ਮੈਂ ਕਿਹਾ ਸੀ ਉਹਨਾਂ ਨਾਲ ਗੱਲ ਖੋਲ ਲਾ ਪ੍ਰੀਤੀ ਮੇਰੀ ਗੱਲ ਤਾਂ ਸੁਣ ਲਾ ਪ੍ਰੀਤੀ ਮੇਰੀ ਗੱਲ ਸੁਣ ਲਾ ਫਿਰ ਇੱਕ ਜੇ ਹੁਣ ਤੂੰ ਜਾਣ ਦਾ ਫੈਸਲਾ ਕਰ ਹੀ ਲਿਆ ਨਾ ਜਾਣਾ ਚਾਹੁੰਦੀ ਆ ਤੂੰ ਜਾ ਨਾ ਮੈਂ ਤੈਨੂੰ ਲੈਣਾ ਵਾ ਆਉਣ ਵਾਸਤੇ ਤੇਰੇ ਸਾਰੇ ਦਰਵਾਜ਼ੇ ਖੁੱਲੇ ਨੇ ਠੀਕ ਆ ਮੈਂ ਕਬੂਤਰ ਨਹੀਂ ਛੱਡ ਸਕਦਾ ਪਰ ਮੈਨੂੰ ਪਹਿਲੀ ਪਤਾ ਸੀਗਾ ਤੁਸੀਂ ਇਹੀ ਤਾਂ ਚਾਹੁੰਦੇ ਹੋ ਰਹੋ ਹੁਣ ਕਬੂਤਰਾਂ ਦੇ ਨਾਲ ਵੀ ਟੁੱਟ ਜਾਂਦਾ ਤਾਂ ਉਹਦਾ ਕੋਈ ਜਗਾੜ ਵੀ ਨਹੀਂ ਬਣਦਾ ਓਏ ਸਤਿ ਸ਼੍ਰੀ ਅਕਾਲ ਬਾਈ ਬਾਈ ਬਾਪੂ ਕਿੱਥੇ ਆ ਇੱਥੇ ਹੋਊਗਾ ਮੈਨੂੰ ਨਹੀਂ ਪਤਾ ਚੰਗਾ ਬਾਈ ਕੀ ਬਾਪੂ ਮਿਲੇ ਹੀ ਆ ਕੀ ਕਰੀ ਨਾ ਬਾਈ ਲੈ ਆ ਬਾਈ ਨੂੰ ਚੋਰੀ ਕਰਨ ਦੀ ਕੀ ਨੌਬਤ ਪੈ ਗਈ ਮੰਗ ਕੇ ਲੈ ਲੈਂਦੇ ਬਾਪੂ ਨੂੰ ਪੁੱਛਦੀ ਆ ਮੈਂ ਬਾਪੂ ਬਾਪੂ ਮੈਂ ਤੁਹਾਨੂੰ ਲੱਭਦੀ ਰਹੀ ਸਤਿ ਸ਼੍ਰੀ ਅਕਾਲ ਬਾਪੂ ਬਾਪੂ ਹੁਣੇ ਆਈ ਸੀ ਮੈਂ ਜੱਸੀ ਕਿੱਥੇ ਆ ਜੱਸੀ ਬਾਪੂ ਆਇਆ ਨਹੀਂ ਕਿਉਂ ਕੋਈ ਤੁਸੀਂ ਇਕੱਲੇ ਕਿਵੇਂ ਬਾਪੂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਨੇ ਮੇਰਾ ਕੀ ਦੇਖ ਕੇ ਰਿਸ਼ਤਾ ਕਰਿਆ ਸੀਗਾ ਵੀ ਉਹ ਕੀ ਕੰਮ ਕਰਦਾ ਤੁਹਾਨੂੰ ਇਹ ਪਤਾ ਨਾ ਭਾਈ ਮੈਂ ਪੂਰੀ ਗੱਲ ਦੱਸ ਕੀ ਗੱਲ ਹੋਗੀ ਬਾਪੂ ਉਹ ਕਬੂਤਰ ਰੱਖਦੇ ਆ ਕਬੂਤਰਾਂ ਦੇ ਸ਼ੌਕੀਨ ਆ ਉਹ ਕਬੂਤਰ ਭਾਈ ਹਾਂਜੀ ਬਾਪੂ ਆਪਾਂ ਨੂੰ ਪਚੋਲਿਆਂ ਨੇ ਦੱਸਿਆ ਤਾਂ ਹੈ ਨਹੀਂਗਾ ਵੀ ਕਬੂਤਰ ਰੱਖਦੇ ਨੇ ਉਹ ਸੁਬਾ ਉੱਠਦੀ ਸਾਰ ਕੋਠੇ ਤੇ ਚੜ ਜਾਂਦੇ ਆ ਨਾ ਚਾਹ ਪੀਂਦੇ ਆ ਨਾ ਪਾਣੀ ਪੀਂਦੇ ਸਿੱਧਾ ਕੋਠੇ ਤੇ ਭੱਜ ਜਾਂਦੇ ਨਾ ਮੇਰੀ ਗੱਲ ਸੁਣਦੇ ਆ ਮੈਂ ਪਚੋਲੇ ਨਾਲ ਗੱਲ ਕਰਦਾ ਭਾਈ ਠੀਕ ਆ ਤੇ ਬਾਪੂ ਮੈਨੂੰ ਇਹ ਗੱਲ ਦੱਸੋ ਬਾਈ ਨੂੰ ਕੀ ਲੋੜ ਪੈ ਗਿਆ ਮੇਰੇ ਪਰਸ 'ਚ ਪੈਸੇ ਲੈ ਕੇ ਗਏ ਸੀ ਤੈਨੂੰ ਵੀ ਨਹੀਂ ਬਖਸ਼ਿਆ ਭਾਈ ਉਹਨੇ ਕੀ ਹੋ ਗਿਆ ਬਾਪੂ ਇਹ ਜਾ ਕੀ ਦੱਸਾਂ ਭਾਈ ਤਾਂ ਨਸ਼ੇ ਵਾਲੇ ਕਰਨ ਲੱਗ ਗਿਆ ਅੱਛਾ ਬਾਪੂ ਹੋਰ ਉਹਦਾ ਕੁੱਟ ਕੇ ਤੇਰੀ ਭਰਜਾਈ ਵੀ ਕੱਢਤੀ ਹਾਂ ਤਾਂ ਹੀ ਮੈਂ ਕਹਾਂ ਬੇੜਾ ਸੁੰਨਾ ਸੁੰਨਾ ਕਿਉਂ ਲੱਗ ਰਿਹਾ ਕੋਈ ਵੀ ਨਹੀਂ ਦਿਖ ਰਿਹਾ ਹੋਰ ਬਾਹਲੇ ਨਸ਼ੇ ਕਰਦਾ ਤੂੰ ਬਾਈ ਨੂੰ ਕੀ ਲੋੜ ਪਈ ਸੀ ਨਸ਼ੇ ਕਰਨ ਦੀ ਹੋਰ ਭਾਈ ਚਿੱਟੇ ਨੇ ਕਿੰਨੇ ਘਰ ਖਰਾਬ ਕਰਤੇ ਤੇ ਬਾਪੂ ਤੁਸੀਂ ਨੇ ਮੈਨੂੰ ਫੋਨ ਕਰਕੇ ਕਿਉਂ ਨਹੀਂ ਦੱਸਿਆ ਪੁੱਤ ਮੈਂ ਤਾਂ ਬਸਰਮੀ ਨੇ ਮਰੇ ਨੇ ਕਿਸੇ ਨੂੰ ਦੱਸਿਆ ਹੈਗਾ ਬਾਪੂ ਦੱਸਣਾ ਤਾਂ ਸੀ ਨਾ ਹੋਰ ਦੀ ਬਜਾਇਆ ਖੇਤ ਠੀਕ ਹੁਣ ਆਪਣਾ ਸੀਜ਼ਨ ਆ ਗਿਆ ਬਾਜੀਆਂ ਦਾ ਉਹਦਾ ਕੀ ਮੈਂ ਕਰਾਂਗੇ ਬਾਜੀ ਯਾਰ ਹੁਣ ਕਿਹੜੇ ਮੂੰਹ ਨਾਲ ਸਾਡੀ ਦੀ ਪੱਤਰੀ ਭਰਜਾਈ ਦੇਖ ਰੁੱਸ ਕੇ ਬਾਗੀ ਕਬੂਤਰਾਂ ਪਿੱਛੇ ਨਾ ਲੋਕ ਕੀ ਕਹਿਣਗੇ ਯਾਰ ਇੱਕ ਐਂ ਕਰੀਏ ਬਾਜੀ ਆਪਾਂ ਭਰਜਾਈ ਦੇ ਪਿੰਡ ਸੜਦੀ ਹੈ ਦੇਖ ਲਾ ਬਾਕੀ ਤੇਰੀ ਜਿਵੇਂ ਮਰਜ਼ੀ ਆ ਯਾਰ ਬਾਜੀ ਵੀ ਨੇੜੇ ਲੱਗੀ ਵੀ ਫਿਰ ਤਰਕ ਕਰ ਲਾ ਦੇ ਯਾਰ ਚੱਲ ਦੇਖ ਰਾਕ ਫਿਰ ਉਹਨੂੰ ਕੱਲ ਨੂੰ ਦੇਖ ਚੱਲ ਠੀਕ ਆ Thank you.
ਠੀਕ ਹੈ ਉਹਦਾ ਗੱਲ ਸੁਣ ਠੀਕ ਆ ਉਹ ਕਹਿੰਦੇ ਕਦੇ ਚਾਹਾਂਗੇ ਅਸੀਂ ਚਲੋ ਬੋਲੇ ਆ ਬੋਲੇ ਹਾਂਜੀ ਦੱਸੋ ਜੀ ਮੈਂ ਗੱਲ ਤੁਹਾਡੇ ਨਾਲ ਮਾੜੀ ਕੀਤੀ ਹੈ ਬੈਠੋ ਬੈਠੋ ਮੈਂ ਤੁਹਾਡਾ ਕੀ ਮਾੜਾ ਕਰਤਾ ਜਰਾ ਆਪਣੀ ਕੁੜੀ ਦਾ ਸਹਾ ਕਰਾਇਆ ਹਾਂਜੀ ਤਾਂ ਇਹ ਸਾਨੂੰ ਦੱਸਿਆ ਨਹੀਂ ਕੀ ਨਹੀਂ ਦੱਸਿਆ ਮੈਂ ਤੁਹਾਨੂੰ ਵੀ ਉਹ ਕਬੂਤਰ ਰੱਖਦੇ ਮੁੰਡਿਆਂ ਨੂੰ ਫਿਰ ਕਬੂਤਰ ਰੱਖਣੇ ਕਿਹੜਾ ਮਾੜੀ ਗੱਲ ਹੈ ਜੀ ਮਾੜੀ ਤਾਂ ਹੈਗੀ ਆ ਹੋਰ ਵੀ ਚੰਗੀ ਹੈ ਕਬੂਤਰ ਰੱਖਣਾ ਤਾਂ ਕਬੂਤਰਾਂ 'ਚ ਕੀ ਮਾੜਾ ਜੀ ਕਬੂਤਰਾਂ ਸਾਰਾ ਕੁਛ ਵੀ ਮਾੜਾ ਫਿਰ ਵੀ ਸਾਰਾ ਕੁਛ ਕੁਛ ਤਾਂ ਦੱਸੋ ਵੀ ਕਬੂਤਰਾਂ ਨਾਲ ਕੀ ਆ ਹੋ ਗਿਆ ਇਹਨਾਂ ਨੇ ਘਰ ਦਾ ਕੁਛ ਖਰਾਬ ਕਰਦਾ ਹੋ ਗਿਆ ਉਹ ਕਹਿੰਦੇ ਸਾਰਾ ਦਿਨ ਕੋਠੇ 'ਚ ਹੀ ਕਰਦਾ ਰਹਿੰਦਾ ਉਹ ਫਿਰ ਜੇਕਰ ਉਹ ਖਰਾਬ ਕਰਦਾ ਫਿਰ ਤਾਂ ਹੁੰਦਾ ਜੀ ਗੱਲ ਵੀ ਨਾ ਕਬੂਤਰਾਂ ਦਾ ਕੋਈ ਹੋਣਾ ਨਹੀਂ ਤੂੰ ਆਪਦਾ ਮੁੰਡੇ ਕਿ ਨਹੀਂ ਦੇਖ ਤੇਰਾ ਮੁੰਡਾ ਨਸ਼ੇ ਪੱਤੇ ਕਰਦਾ ਗਾ ਕਰਦਾ ਹਾਂ ਕਰਦਾ ਘਰ ਖਰਾਬ ਕਰਦਾ ਗਾ ਉਹਨੇ ਆਪਦਾ ਘਰ ਤਾਂ ਖਰਾਬ ਕਰਿਆ ਨਹੀਂ ਕਬੂਤਰੀ ਰੱਖੇ ਨੇ ਉਹਦਾ ਗੱਲ ਤੇ ਠੀਕ ਆ ਲੋਕਾਂ 'ਚ ਤਾਂ ਹੈਗਾ ਹੀ ਆ ਵੀ ਕਬੂਤਰਾਂ ਵਾਲੇ ਬੰਦੇ ਮਾੜੇ ਹੁੰਦੇ ਨੇ ਉਹ ਲੋਕ ਤਾਂ ਕਹਿੰਦੇ ਹੀ ਹੁੰਦੇ ਨੇ ਹੁਣ ਕਬੂਤਰਾਂ ਵਾਲੇ ਥੋੜੀ ਮਾੜੇ ਨੇ ਮਾੜੇ ਤਾਂ ਹੁਣ ਇਹਨੇ ਨਸ਼ੇ ਕਰਦੇ ਨੇ ਉਹਦਾ ਸ਼ੌਂਕ ਆ ਉਹਦਾ ਇੱਕ ਕੱਲ ਹੀ ਲਾ ਲਾ ਆਪਣੇ ਪਿੰਡ 100,000 ਰੁਪਏ ਦੀ ਬਾਜੀ ਇੱਤ ਕੇ ਲੱਗਿਆ ਹੁਣ ਦਾ ਨਸ਼ੇ ਕਰਦੇ ਨੇ ਮਾੜੇ ਤਾਂ ਇਹ ਨੇ ਤੂੰ ਐ ਕਰ ਜਾ ਕੇ ਕੁੜੀ ਨੂੰ ਸਮਝਾ ਉਹਨੂੰ ਤੋਲ ਉਹਦੇ ਲੈ ਕੇ ਬੈਠੀ ਰਹੂ ਠੀਕ ਆ ਤੇਰੀ ਗੱਲ ਸਹੀ ਆ ਮੈਂ ਸਮਝਾ ਕੇ ਕੁੜੀ ਨੂੰ ਕਹਿਣਾ ਸੀ ਤੇਰਾ ਭਰਾ ਦਾ ਖਰਾਬ ਹੋਈ ਆ ਨਸ਼ਿਆਂ 'ਚ ਮੈਂ ਲਾ ਕੇ ਦੇਖਣਾ ਕਿਹਦਾ ਨੰਬਰ ਹੈ ਪਤਾ ਨਹੀਂ ਬਾਪੂ ਬਹੁਤ ਟਾਈਮ ਦਾ ਵੱਜੀ ਜਾਂਦਾ ਸੀ ਫੋਨ ਹੈਲੋ ਹਾਂਜੀ ਕੌਣ ਜੀ ਹਾਂਜੀ ਹਾਂਜੀ ਦੱਸੋ ਜੀ ਹੈਂ ਸਾਡਾ ਮੁੰਡਾ ਜੀ ਠੀਕ ਹੈ ਜੀ ਠੀਕ ਹੈ ਸੋ ਸਾਹਿਬ ਮੈਂ ਆਉਣਾ ਜੀ ਇੱਕ ਮਿੰਟ ਆ ਗਏ ਜੀ ਹੁਣੀ ਆ ਗਈ ਜੀ ਹੁਣ ਡੈਡੀ ਜੀ ਦੇਖੋ ਭਾਈ ਹੁਣ ਥਾਣੇ 'ਚ ਫੋਨ ਆਇਆ ਸੀਗਾ ਇਹ ਕਹਿੰਦੇ ਕਿ ਤੁਹਾਡਾ ਮੁੰਡਾ ਚਿੱਟਾ ਲਾਉਂਦਾ ਫੜਿਆ ਗਿਆ ਹੁਣ ਡੈਡੀ ਜੀ ਹੁਣ ਕੀ ਤਾਂ ਮਾੜਾ ਨਿਕਲ ਗਿਆ ਭਾਈ ਹੁਣ ਤੂੰ ਤਾਂ ਸਿਆਣੀ ਬਣ ਤੂੰ ਤਾਂ ਆਪਦਾ ਘਰ ਵਸਾ ਦੇਖ ਤੇਰੀ ਭਰਜਾਈ ਵੀ ਬਾਗੀ ਇਹਨੇ ਭੇਜਤੀ ਇਹ ਨਸ਼ਾ ਕਰਨ ਲੱਗ ਗਿਆ ਇੰਨਾ ਆਪਣਾ ਪ੍ਰਾਹੁਣਾ ਇੰਨਾ ਮਾੜਾ ਨਹੀਂ ਹੈਗਾ ਉਹਦਾ ਕਮਾਉਂਦਾ ਪੈਸੇ ਹੁਣ ਦੇਖ ਲੈ ਆਪਣੇ ਬਾਜੀ ਸੀ 100,000 ਰੁਪਏ ਦੀ ਬਾਜੀ ਜਿੱਤ ਕੇ ਗਿਆ ਹਾਂਜੀ ਬਾਪ ਹਾਂ ਉਹ ਤਾਂ ਪੈਸੇ ਕਮਾਉਂਦਾ ਤੂੰ ਸਿਆਣੀ ਬਣ ਜਾ ਧੀਆਂ ਆਪਦੇ ਸਹੁਰੇ ਘਰ ਹੀ ਚੰਗੀਆਂ ਲੱਗਦੀਆਂ ਨੇ ਹਾਂਜੀ ਡੈਡੀ ਤੁਸੀਂ ਹੁਣ ਤਿਆਰ ਹੋ ਤੇ ਜਾਓ ਠੀਕ ਹੈ ਡੈਡੀ ਜੀ ਆਹ ਕੌਣ ਆ ਗਿਆ ਹੁਣ ਪ੍ਰੀਤੀ ਤੂੰ ਹਾਂਜੀ ਮੈਂ ਆ ਕਮਲੀ ਮੈਂ ਤਾਂ ਤੇਰੇ ਆਉਣ ਦੀ ਉਮੀਦ ਹੀ ਮੁਕਾਦੀ ਸੀ ਮੈਨੂੰ ਨਹੀਂ ਸੀ ਯਕੀਨ ਵੀ ਤੂੰ ਆਵੇਂਗੀ ਹੁਣ ਵਾਪਸ ਆ ਜਾ ਹੁਣ ਅੰਦਰ ਘੱਤੀ ਖੜੀ ਰਹੇਗੀ ਮੈਂ ਤਾਂ ਆ ਜਾਨੀ ਆ ਮੈਨੂੰ ਤਾਂ ਤੁਸੀਂ ਕਹਿੰਦੇ ਸੀ ਤੇਰੇ ਲਈ ਸਦਾ ਗੇਟ ਖੁੱਲਾ ਤੇ ਮੈਨੂੰ 5 ਮਿੰਟ ਹੋ ਗਏ ਗੇਟ ਖੜਕਾਣੇ ਤੁਸੀਂ ਹੁਣ ਖੋਲਿਆ ਉਹ ਚੱਲ ਆ ਜਾ ਹੁਣ ਕੱਲੜੀ ਹੋਈ ਜਾਏਗੀ ਅੰਦਰ ਆ ਜਾ ਲੈ ਬੈਗ ਫੜਾ ਮੈਨੂੰ ਲੋ ਫੜ ਲੋ ਤੂੰ ਕਿਵੇਂ ਆ ਗਈ ਤੂੰ ਤਾਂ ਕਹਿੰਦੀ ਸੀ ਮੈਂ ਹੁਣ ਆਉਂਦੀ ਨਹੀਂ ਹੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀਗਾ ਤੇ ਕਬੂਤਰ ਰੱਖਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਮੇਰੇ ਬਾਪੂ ਨੇ ਮੈਨੂੰ ਸਾਰਾ ਸਮਝਾਤਾ ਸੀ ਹੁਣ ਤੁਹਾਡੀ ਸਰਦਾਰੀ ਕਿੱਧਰ ਗਈ ਸਰਦਾਰ ਅਸੀਂ ਨਹੀਂ ਤੁਸੀਂ ਹੋ ਸਰਦਾਰ ਉਹ ਵੀ ਕਬੂਤਰਾਂ ਦੇ ਸ਼ੌਂਕੀ ਸਰਦਾਰ ਆ ਜਾ ਹਲੋ ਜੀ ਚਾ ਪ੍ਰੀਤੀ ਕਮੈਂਟ ਗੱਲ ਸੁਣੀ ਹਾਂਜੀ ਇੱਥੇ ਬਦਾਮ ਪਏ ਸੀਗੇ ਉਹ ਮੈਂ ਕਬੂਤਰਾਂ ਨੂੰ ਪਾਇਆ ਸੀ ਅੱਛਾ ਹਾਂਜੀ ਚੱਲ ਸ਼ੁਕਰ ਹੈ ਤੈਨੂੰ ਮੇਰੇ ਬਾਰੇ ਸਮਝ ਤਾਂ ਆਈ ਲੈ ਹੁਣ ਤੁਹਾਨੂੰ ਸਮਝਣਾ ਹੀ ਸੀ ਮੈਂ ਇਹ ਚਿੱਟਿਆਂ ਦਾ ਨਸ਼ਾ ਬਹੁਤ ਮਾੜਾ ਚਿੱਟੇ ਜਿੰਨਾ ਮਾੜਾ ਤਾਂ ਨਹੀਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਇਹ ਸਿਰਫ ਆਪਾਂ ਕਬੂਤਰਬਾਜ਼ੀ ਨੂੰ ਅੱਗੇ ਲੈ ਕੇ ਆਉਣ ਵਾਸਤੇ ਵੀਡੀਓ ਬਣਾਈ ਹੈ
जे तुसी सानू सपोर्ट करोगे ते तू वधिया वधिया अगे सीक्वेंस तुहाडे मूहरे लेके पेश करांगे। धन्यवाद। हां जी, अपनी वीडियो नु लाइक कमेंट शेयर जरूर करें और कमेंट करके जरूर दसो वीडियो किद्दां लगी। साडा चैनल सब्सक्राइब जरूर कर लियो। थैंक यू जी।